ਮੇਰਾ ਬੇਟਾ ਅੱਜ ਤੋਂ 10-11 ਮਹੀਨੇ ਪਹਿਲੇ ਇੱਥੋਂ ਅਮਰੀਕਾ ਨੂੰ ਅਸੀਂ ਤੋਰਿਆ ਸੀ। ਅਮਰੀਕਾ ਨੂੰ ਜਦੋਂ ਤੋਰਿਆ ਤਾਂ ਰਸਤੇ ਵਿੱਚ ਇਸਨੇ ਬਹੁਤ ਔਕੜਾਂ ਇਸ ਨੂੰ ਆਈਆਂ। ਔਕੜਾਂ ਆਉਣ ਦੇ ਬਾਵਜੂਦ ਜਦੋਂ ਇਹਨੂੰ ਤਸੀਹੇ ਮਿਲੇ, ਇਹਦੀ ਮਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਾ ਵੀ ਮੇਰੇ ਪੁੱਤ ਇੰਨਾ ਔਖਾ ਹੋ ਕੇ ਜਾ ਰਿਹਾ। ਜਦੋਂ ਉਹਨੂੰ ਪਤਾ ਲੱਗਾ, ਉਹ ਸਦਮੇ 'ਚ ਆ ਗਈ। ਮੈਂ ਚੁੱਕ ਕੇ ਉਹਨੂੰ ਹਸਪਤਾਲ ਦਾਖਲ ਕਰਾਤੀ। ਜਦੋਂ ਮੈਂ ਹਸਪਤਾਲ ਦਾਖਲ ਕਰਾਈ, ਕੁਛ ਦਿਨਾਂ ਠੀਕ ਹੋ ਗਈ, ਕੁਛ ਦਿਨਾਂ ਬਾਅਦ ਫਿਰ ਘਰ ਆ ਗਈ। ਫਿਰ ਮੇਰੇ ਮੁੰਡੇ ਦਾ ਇਹਨੂੰ ਡਿਪੋਰਟ ਦਾ ਪਤਾ ਲੱਗ ਗਿਆ ਵੀ ਬੇਟੇ ਨੂੰ ਡਿਪੋਰਟ ਕਰਤਾ ਹੋਇਆ। ਮੇਰਾ ਖਰਚਾ ਬਹੁਤ ਹੋ ਚੁੱਕਾ, 30-35 ਲੱਖ ਰੁਪਈਆ ਮੈਂ ਖਰਚਾ ਕਰ ਚੁੱਕਾ ਬੇਟੇ 'ਤੇ, ਅਤੇ 10-12 ਲੱਖ ਰੁਪਈਆ ਮੈਂ ਆਪਣੇ ਘਰ ਵਾਲੀ 'ਤੇ ਵੀ ਲਾ ਚੁੱਕਾ। ਜਦੋਂ ਇਹਨੂੰ ਪਤਾ ਲੱਗਾ ਵੀ ਬੇਟਾ ਵਾਪਸ ਆ ਰਿਹਾ ਵਾ, ਇਹ ਫਿਰ ਟੈਨਸ਼ਨ ਲੈ ਕੇ ਅਤੇ ਬਹੁਤ ਜ਼ਿਆਦਾ ਬਿਮਾਰ ਹੋ ਗਈ। ਫਿਰ ਇਹਨੂੰ ਮੈਂ ਗਲੋਬਲ ICU ਹੋਸਪਿਟਲ ਵਿੱਚ ਭਰਤੀ ਕਰਾਇਆ, ਜਿੱਥੇ ਕਿ ਮੇਰਾ 40-45 ਹਜ਼ਾਰ ਰੁਪਈਆ ਰੋਜ਼ਾਨਾ ਦਾ ਖਰਚਾ ਸੀ। ਫਿਰ ਜਿਸ ਦਿਨ ਮੇਰਾ ਬੇਟਾ ਕੱਲ੍ਹ ਇੱਥੇ ਵਾਪਸ ਆਇਆ ਵਾ ਡਿਪੋਰਟ ਹੋ ਕੇ, ਇਹ ਆਪਣੀ ਮਾਂ ਨੂੰ ਮਿਲਣ ਗਿਆ। ਮਾਂ ਆਪਣੀ ਨੂੰ ਜਦੋਂ ਮਿਲਣ ਲੱਗਾ, ਇਹਨੇ ਕਿਹਾ, ਮਾਂ ਮੇਰੀ ਮੈਂ ਆ ਗਿਆ। ਜਦੋਂ ਇਹਨੂੰ ਆਉਣ ਦਾ ਕਿਹਾ ਅਤੇ ਇਹਦੀ ਮਾਂ ਨੇ ਇਹ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਉਹਨੂੰ ਹਾਰਟ ਅਟੈਕ ਦੀ, ਜਿੱਦਾਂ ਹਾਰਟ ਅਟੈਕ ਹੁੰਦਾ ਇਸ ਤਰ੍ਹਾਂ, ਮੁੜ ਕੇ ਉਹ ਬੋਲੀ ਨਹੀਂ। ਮੇਰੀ ਇਹ ਬੇਨਤੀ ਆ ਵੀ ਮੈਨੂੰ ਜਿਹੜਾ ਮੇਰਾ ਇੰਨਾ ਨੁਕਸਾਨ ਹੋਇਆ ਵਾ, ਮੇਰੇ ਬੇਟੇ ਦਾ ਵੀ ਸਾਲ ਬਰਬਾਦ ਛੱਡ ਕੇ ਮੈਂ ਇੱਥੇ ਲੋਕਾਂ ਕੋਲ ਕਰਜ਼ਾ ਚੱਕਿਆ, ਹੁਣ ਸਾਰੀ ਜਨਤਾ ਮੇਰੇ ਮਗਰ ਡੰਡੇ 'ਚ ਝੱਕੀ ਫਿਰਦੀ ਹੈ, ਮੈਂ ਕਾਹੇ ਜੋ ਗਣ ਰਿਹਾ ਮੇਰੀ ਹੈਲਪ ਕੀਤੀ ਜਾਵੇ। ਮੇਰਾ ਗਿਆ ਸੀ ਅਮਰੀਕਾ, ਰਸਤੇ ਵਿੱਚ ਬਹੁਤ ਪ੍ਰੋਬਲਮ ਆਈ ਉਹਨੂੰ, 30 ਲੱਖ ਰੁਪਇਆ ਹੀ ਛੱਕਿਆ ਵਾ। ਮੇਰੀ ਮੰਮਾ ਬਹੁਤ ਬਿਮਾਰ ਰਹੀ ਆ, ਉਹਦੇ ਸੁਪਨੇ ਨਾਲ ਸੁਪਨਾ ਨਾਲ ਹੀ ਕਰਦੇ ਬਿਮਾਰ ਪੜ ਗਏ, ਉਹ ਹੋਸਪਿਟਲ 'ਚ ਲੈ ਕੇ ਫਿਰਿਆ ਉਹਨੂੰ। ਬਹੁਤ ਜ਼ਿਆਦਾ ਸਾਡਾ ਖਰਚਾ ਆਇਆ ਵਾ, ਭਰਾ ਮੇਰਾ ਬਹੁਤ ਔਖਾ ਗਿਆ ਵਾ ਅਤੇ ਬਹੁਤ ਜ਼ਿਆਦਾ ਤਕਲੀਫ ਹੋਈ ਉਹਨੂੰ। ਉਸ ਤੋਂ ਬਾਅਦ ਆ ਗਿਆ ਮੁੜ ਕੇ ਮੰਮੀ ਕੋਲ, ਗਿਆ ਮੰਮੀ ਦੇ ਹੱਥ ਲਾਉਂਦੇ ਸਾਰ ਹੀ ਮੰਮੀ ਅਟੈਕ ਹੋ ਗਿਆ। ਮੈਂ ਥੋੜ੍ਹਾ ਟਾਈਮ 9 ਮਹੀਨੇ ਪਹਿਲਾਂ, ਮੈਂ 10-11 ਮਹੀਨੇ ਪਹਿਲਾਂ ਮੈਂ ਅਮਰੀਕਾ ਨੂੰ ਗਿਆ ਸੀ। ਡੌਂਕੀ ਲਵਾਈ ਜੀ ਮੇਰੇ ਏਜੰਟਾਂ ਨੇ, ਮੇਰੇ ਨਾਲ ਬੜੀ ਮਾੜੀ ਹੋਈ ਜੀ ਇੱਥੇ ਰਸਤੇ 'ਚ। ਮੇਰੇ ਨਾਲ ਹੀ ਜਾਣ ਕੇ ਸਾਰੇ ਭਰਾਵਾਂ ਨਾਲ, ਮੇਰੇ ਜਿੰਨੇ ਵੀ ਮੇਰੇ ਨਾਲ ਭਰਾ ਸੀ, ਸਾਰਿਆਂ ਨਾਲ ਬੜੀ ਮਾੜੀ ਹੋਈ ਜੀ। ਏਜੰਟ ਬੜਾ ਝੂਠ ਮਾਰਦੇ ਜੀ, ਏਜੰਟ ਬੰਦੇ ਨੂੰ ਵਸਾਉਂਦੇ ਜੀ। ਜਿੱਥੇ ਸਾਨੂੰ ਟਰਬੋ ਤੁਹਾਡੀ ਜੀ ਡੌਂਕੀ ਚੱਲਦੀ ਹੈ ਜੀ, ਅਤੇ ਆ ਗਈ ਜੀ ਕਪੂਰਗੰਨਾ, ਆਪਾਂ ਉਤਰਦੇ ਹਾਂ ਜੀ ਕਪੂਰਗੰਨਾ, ਜਿਹੜੀ ਡੌਂਕੀ ਪੈਦਲ ਚੱਲਦੀ ਹੈ, ਘੱਟੋ ਘੱਟ ਵੀ ਆਪਣੀ ਡੌਂਕੀ ਉੱਥੇ ਜੀ 10 ਦਿਨ ਦੀ ਪੈਦਲ ਹੈ। ਏਜੰਟਾਂ ਨੂੰ 1 ਦਿਨ ਦੀ ਕਹਿੰਦੇ ਆ, ਉੱਥੇ 10 ਦਿਨ ਦੀ ਪੈਦਲ ਡੌਂਕੀ ਹੈ ਜੀ। ਉੱਥੇ ਕਾਫੀ ਪਿੰਜਰ ਪਏ ਭਰਾਵਾਂ ਦੇ, ਕਾਫੀ ਲਾਸ਼ਾਂ ਪਈਆਂ, ਕਾਫੀ ਰੋੜੀਆਂ, ਕਾਫੀ ਦੱਬੀਆਂ ਵੀ ਹੈ ਹੱਥਾਂ। ਬਸ ਮੇਰੀ ਹੱਥ ਬਣ ਕੇ ਬੇਨਤੀ ਹੈ ਜੀ, ਆਪਣੇ ਬੱਚਿਆਂ ਨੂੰ ਨਾ ਡੌਂਕੀ ਰਾਹੀਂ ਨਾ ਵਾੜੋ ਜੀ, ਉਹ ਮੇਰੇ ਨਾਲ ਬੜੇ ਮਾੜੇ ਹਾਲਾਤ ਹੋਏ। ਮੇਰੀ ਮਾਂ ਛੋਟ ਚ ਆਈ ਉਦੋਂ ਸਹਿਮ ਦੀ, ਮੈਨੂੰ 1.5 ਮਹੀਨਾ ਮਾਫੀ ਇਹਨੇ ਚੱਕਿਆ, ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ, ਕੋਈ ਇੱਦਾਂ ਦੀ ਗੱਲਬਾਤ ਨਹੀਂ ਜੀ। ਫੈਰਿੰਗ ਮੇਤੇ ਕਰਦੇ ਰਹੇ, ਆਪਾਂ 20-22 ਮੁੰਡੇ ਸੀ ਜੀ। ਮੁੜ ਕੇ ਜੀ ਮੈਂ ਮੈਕਸੀਕੋ ਗਿਆ ਜੀ, ਉੱਥੇ ਮਾਫੀ ਏਜੰਟ 4 ਬੰਦਿਆਂ ਨੇ ਚੱਕ ਲਿਆ ਜੀ। ਉੱਥੇ ਵੀ ਸਾਨੂੰ, ਅਸੀਂ ਕੈਂਪ ਲਾ ਕੇ ਬਾਹਰ ਨਿਕਲੇ, ਉੱਥੇ 4 ਬੰਦਿਆਂ ਨੂੰ ਚੱਕ ਲਿਆ ਗੱਡੀ 'ਚ। ਅਸੀਂ ਉੱਥੇ 18 ਮੁੰਡਿਆਂ ਨੂੰ ਚੱਕੇ ਜੀ, ਜਿੰਨਾ ਜਿੱਦਾਂ ਗਰੁੱਪ ਨਿਕਲਦਾ ਰਿਹਾ ਉਹ ਮੁੰਡੇ ਚੱਕ ਲਏ ਜੀ, ਸਾਨੂੰ ਫੋਟੋਆਂ ਦਿਖਾਈਆਂ, ਮਾਫੀਆਂ ਨਾਲ ਮਾਫੀਆ ਰਲਿਆ ਹੁੰਦਾ। ਉਸ ਤੋਂ ਬਾਅਦ ਜੀ ਆਪਾਂ ਨੂੰ ਬਾਰਡਰ 'ਤੇ ਲੈ ਗਏ, ਬਾਰਡਰ 'ਤੇ ਲੈ ਕੇ ਜੀ ਸਾਨੂੰ ਉੱਥੇ ਵੀ ਸਾਨੂੰ ਧਮਕੀਆਂ ਦਿੱਤੀਆਂ ਜੀ। ਉਹਨਾਂ ਨੇ ਇਹ ਕਿਹਾ ਜੀ ਤੁਸੀਂ ਪੈਸੇ ਦਿਓ ਸਾਨੂੰ। ਉਸ ਟਾਈਮ ਵੀ ਸਾਡੇ ਕੋਲ $1,000 ਹੈਗਾ ਸੀ, ਆਪਾਂ 3,000 ਰੁਪਇਆ ਇਕੱਠਾ ਕਰਕੇ ਉਸ ਨੂੰ ਦਿੱਤਾ, ਕਾਫੀ ਮੁੰਡਿਆਂ ਕੋਲ ਨਹੀਂ ਸੀ ਕਈਆਂ ਕੋਲ। ਫਿਰ ਜੀ ਸਾਨੂੰ ਉਹਨਾਂ ਨੇ ਕੰਧ ਟਪਾਈ ਜੀ, ਗਲਤ ਥਾਂ ਤੋਂ ਟਪਾਤੀ ਜੀ ਉਹਨਾਂ ਨੇ ਸਾਨੂੰ, ਗਲਤ ਮਤਲਬ ਅਫਸਰਾਂ ਦੇ ਹੱਥ ਦਵਾਤਾ ਜੀ, ਉਹਨਾਂ ਦੇ ਬੰਦੇ ਸੀ ਸਾਰੇ ਜੀ। ਉਹਨਾਂ ਨੇ ਸਾਨੂੰ ਕੈਂਪ 'ਚ ਲੈ ਗਏ ਜੀ, ਅਤੇ ਉੱਥੇ ਜਾ ਕੇ ਅੱਗੇ ਜਦੋਂ ਆਪਾਂ ਦੇਖਿਆ ਸਾਰੇ ਭਰਾਵਾਂ ਨੇ, ਅੱਗੇ ਸਾਨੂੰ ਬੰਦੇ ਮਿਲੇ, ਕੁਛ ਆਪਣੇ ਇੰਡੀਅਨ ਮਿਲੇ, ਕੁਛ ਮੈਕਸੀਕਨ ਮਿਲੇ, ਕੁਛ ਹੋਰ ਕੰਟਰੀਆਂ ਦੇ ਮਿਲੇ ਜੀ। ਸਾਰੇ ਬੰਦੇ ਜੀ ਉੱਥੇ ਰੋਂਦੇ ਆ, ਗਲੇ ਪਏ ਸਰੀਰ, ਖੁਰਕਾਂ ਪਈਆਂ, ਕੋਈ ਮੈਡੀਸਨ ਨਹੀਂ, ਕੋਈ ਕੁਛ ਨਹੀਂ, ਸਿਰਫ ਇੱਕ 2 ਬ੍ਰੈਡ ਦਿੰਦੇ ਸੀ ਸਾਰੀ ਦਿਹਾੜੀ 'ਚ, ਚਣੇ ਦਿੰਦੇ ਸੀ ਥੋੜ੍ਹੇ ਕੱਚੇ ਪਾਣੀ 'ਚ ਜੀ, ਇੱਕ ਮੱਕੀ ਦੇ ਦਾਣੇ ਦਿੰਦੇ ਸੀ, ਇਹਨਾਂ ਨਾਲ ਗੁਜ਼ਾਰਾ ਕਰੀਦਾ ਸੀ। ਬਸ ਜੀ ਜੇ ਉਸ ਹਿਸਾਬ ਨਾਲ ਮੇਰੇ ਥੋੜ੍ਹੇ ਦਿਨ ਪਏ ਜੀ, ਅਤੇ ਮੈਨੂੰ ਡਿਪੋਰਟ ਕਰਤਾ ਜੀ। ਮੈਂ ਜੀ ਵਾਪਸ ਆਉਣ ਲੱਗਾ ਆਪਣੇ ਘਰਾਂ, ਮੈਂ ਫਾਦਰ ਸਾਹਿਬ ਨੂੰ ਫੋਨ ਲਾਇਆ ਆਪਣੇ ਨੂੰ, ਮੈਂ ਕਿਹਾ ਮੈਨੂੰ ਰਿਪੋਰਟ ਕਰਦੇ ਜੀ, ਮੈਨੂੰ ਵਾਪਸ ਘੱਲਿਆ ਜਾ ਰਿਹਾ ਵਾ। ਅਤੇ ਵਾਪਸ ਮੈਂ ਜਿੱਦਾਂ ਘਰ ਆਪਣੇ ਆਇਆ, ਉਹਦੇ ਮੈਨੂੰ ਮੇਰੀ ਮਾਂ ਨਹੀਂ ਦਿਖੀ ਇੱਥੇ। ਮੈਂ ਡੈਡੀ ਨੂੰ ਆਪਣਾ ਪੁੱਛਿਆ ਮੇਰੀ ਮਾਂ ਕਿਤੇ, ਕਹਿੰਦਾ ਉਹ ਇੰਨੇ ਚਿਰ ਤੋਂ ਬਿਮਾਰ ਹੈ ਜੇ, ਤੇਰਾ ਛੋਟ ਲੱਗਾ ਉਹਨੂੰ। ਫਿਰ ਮੈਂ ਜੀ ਉਹਨੂੰ ਮਿਲਣ ਗਿਆ ਜਲੰਧਰ, ਆਪਣੇ ਜਲੰਧਰ ਜਿੱਦਾਂ ਆਪਣੀ ਮਾਂ ਦੇ ਮੈਂ ਸਾਹਮਣੇ ਗਿਆ, ਮਾਂ ਨੂੰ ਹੱਥ ਲਾਇਆ, ਮਾਂ ਮੇਰੀ ਮੈਂ ਕਾਕੂ ਆ ਗਿਆ। ਮਾਂ ਮੈਨੇ ਹੌਂਕਾ ਇੱਕ ਲਿਆ ਜੀ, ਖੜੇ ਹਾਰਟ ਅਟੈਕ ਆ ਗਿਆ ਜੀ ਉਹਨੂੰ। ਮੁੜ ਕੇ ਮਾਂ ਮੈਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜੀ।
ਔਰ